ਪਰਮਜੀਤ ਭਿਓਰਾ ਨੇ ਰਿਹਾਈ ਵਾਸਤੇ ਐਪਲੀਕੇਸ਼ਨ ਲਾਈ ਸੀ, ਅੱਛਾ ਜੀ, ਉਹ ਕਹਿੰਦੇ ਵੀ ਰੱਦ ਹੋ ਗਈ ਹੈ, ਪਰ ਰੱਦ ਹੋਣ ਦੇ ਕੀ ਕਾਰਨ ਨੇ ਅਤੇ ਅੱਗੇ ਹੁਣ ਇਹਦੇ 'ਚ ਕੀ ਹੋਣਾ? ਜਿਸ ਦਿਨ ਇਹ ਕਾਨੂੰਨੀ ਲੜਾਈ ਸ਼ੁਰੂ ਹੋਈ ਸੀ ਉਸ ਦਿਨ ਆਪਾਂ ਗੱਲ ਕੀਤੀ ਸੀ, ਸ਼ਾਇਦ ਤੁਹਾਨੂੰ ਯਾਦ ਹੋਵੇ, ਹਾਂਜੀ ਹਾਂਜੀ, ਪਹਿਲੀਆਂ 'ਚ ਆਪਾਂ ਗੱਲ ਕੀਤੀ ਸੀ ਜੀ ਕਿ ਬਈ ਪਰਮਜੀਤ ਸਿੰਘ ਭਿਓਰਾ ਇੱਕ ਵਾਰੀ ਇਹ ਕਾਨੂੰਨੀ ਲੜਾਈ ਜਿਹੜੀ ਆ ਉਹ ਹੁਣ ਸ਼ੁਰੂ ਕਰਨਗੇ ਜੀ। ਤਾਂ ਜਦੋਂ ਕਾਨੂੰਨੀ ਲੜਾਈ ਸ਼ੁਰੂ ਹੁੰਦੀ ਆ, ਗੱਲ ਇਹ ਆ ਕਿ ਬਈ ਉਹ ਇੱਕ ਥਾਂ ਤੇ ਜਾ ਕੇ ਹਰਦੀ ਵੀ ਆ, ਜਿੱਤਦੀ ਵੀ ਆ, ਯਾਨੀ ਪੜਾਅ ਦਰ ਪੜਾਅ ਅੱਗੇ ਵਧਦੀ ਆ। ਪਹਿਲਾਂ ਵੀ ਤੁਸੀਂ ਜਿਵੇਂ ਕਈ ਗੱਲ ਚੱਲਦੀ, ਗੱਲ ਕੀ ਆ ਕਿ ਜਿਵੇਂ ਹੁਣ ਪ੍ਰਸ਼ਾਸਨ ਨੇ ਜੀ, ਇਹਨਾਂ ਦਾ ਮਾਮਲਾ ਚੰਡੀਗੜ੍ਹ 'ਚ ਹੈ ਸਾਹਿਬ, ਚੰਡੀਗੜ੍ਹ ਯੂਟੀ ਆ ਜੀ, ਉੱਥੋਂ ਦਾ ਪ੍ਰਸ਼ਾਸਕ ਗਵਰਨਰ ਹੈ, ਸਾਰੇ ਫੈਸਲੇ ਉਹਨਾਂ ਨੇ ਆਪਣੇ ਪੱਧਰ 'ਤੇ ਲਏ ਜੀ ਜੀ। ਇਹਨਾਂ ਨੇ ਵਕਤ ਤੋਂ ਪਹਿਲਾਂ ਰਿਹਾਈ ਵਾਸਤੇ ਪਟੀਸ਼ਨ ਪਾਈ ਸੀ ਜੀ। ਅਤੇ ਮੈਂ ਹਰੇਕ ਵਾਰੀ ਇਹ ਗੱਲ ਕਹਿੰਦਾ ਹੁੰਦਾ ਕਿ ਗਲਤ ਤੁਹਾਨੂੰ ਮਿਸਗਾਈਡ ਕਰਦੇ ਨੇ ਉਹ ਲੀਡਰ ਜਿਹੜੇ ਕਹਿੰਦੇ ਆ ਕਿ ਉਮਰ ਕੈਦ ਵਾਲਾ 14 ਸਾਲਾਂ ਬਾਅਦ ਆ ਜਾਂਦਾ ਜਾਂ 18 ਸਾਲਾਂ ਬਾਅਦ ਆ ਜਾਂਦਾ, ਆਉਣ ਵਾਲੇ 6 ਸਾਲਾਂ ਬਾਅਦ ਵੀ ਆ ਜਾਂਦੇ ਜੀ, ਪਰ ਜੇ ਉਹ ਲਵਾਉਣ ਵਾਲੇ ਬੇਈਮਾਨ ਆ ਤਾਂ ਉਹ 100 ਸਾਲ ਯਾਨੀ ਮਰਦੇ ਦਮ ਤੱਕ ਬੰਦੇ ਨੂੰ ਰੱਖ ਸਕਦੇ, ਉਮਰ ਕੈਦ ਦੀ ਡੈਫੀਨੇਸ਼ਨ ਆਇਆ ਜੀ। ਹਾਂ, ਸਰਕਾਰਾਂ ਕੋਲ, ਰਾਜਪਾਲ ਕੋਲ, ਰਾਸ਼ਟਰਪਤੀ ਕੋਲ ਬਹੁਤ ਅਧਿਕਾਰ ਹੈ, ਮੈਂ ਇਹ ਡਿਸਕਲੇਮਰ ਆ ਮੇਰਾ ਜੀ ਜੀ, ਆਲਵੇਜ਼ ਇਹ ਮੇਰਾ ਡਿਸਕਲੇਮਰ ਆ। ਜੇ ਐਸਾ ਨਹੀਂ ਹੁੰਦਾ ਤਾਂ ਪਟੀਸ਼ਨ ਇਹ ਪਾਈ ਜਾਂਦੀ ਕਿ ਅਸੀਂ 28 ਸਾਲ ਕੱਟ ਲਏ ਆ ਜੀ, ਅਸੀਂ 27 ਸਾਲ ਕੱਟ ਲਏ ਆ, ਅਸੀਂ 14 ਸਾਲ ਤੋਂ ਉੱਤੇ ਚਲੇ ਗਏ ਜੀ। ਪਟੀਸ਼ਨ ਇਹ ਪਾਈ ਜਾਂਦੀ ਆ ਕਿ ਸਮੇਂ ਤੋਂ ਪਹਿਲਾਂ ਰਿਹਾ ਜੀ, ਫਰਕ ਹੈ ਦੋਨਾਂ। ਹਾਂ ਜੀ, ਦੋਨਾਂ ਟੈਕਨੀਕਲਟੀ ਦੇਖਣੀ ਪਏਗੀ ਤੁਹਾਨੂੰ। ਬਿਲਕੁਲ ਬਿਲਕੁਲ। ਹੁਣ ਜਦੋਂ ਉਹਨਾਂ ਨੇ ਆਪਣੀ ਅਰਜ਼ੀ ਜਿਹੜੀ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਧਿਕਾਰ ਕਿਹਦੇ ਕੋਲ ਆ ਜੀ, ਕੋਰਟ ਨੇ ਕਿਹਾ ਕਿ ਵੀ ਮੈਂ ਤਾਂ ਸਜ਼ਾ ਸੁਣਾਤੀ ਉਮਰ ਕੈਦ, ਮਿੰਟੂ ਗੁਰੂ ਸਰੀਏ ਨੂੰ ਸਜ਼ਾ ਸੁਣਾਤੀ ਉਮਰ ਕੈਦ ਜੀ, ਲੈ ਬਈ ਮਿੱਤਰਾ ਸਾਂਭ ਉਹਨਾਂ ਨੂੰ। ਹੁਣ ਮੈਂ ਕਹਿ ਰਿਹਾ ਵਾਂ, ਕਿਹਨੂੰ ਕਹਿ ਰਿਹਾ? ਕੋਰਟ ਨੂੰ ਨਹੀਂ ਕਹਿ ਰਿਹਾ ਕਿ ਜਨਾਬ ਉਮਰ ਕੈਦ ਤੋਂ ਮੈਨੂੰ ਤੁਸੀਂ 14 ਕੁ ਸਾਲਾਂ ਬਾਅਦ, ਨਹੀਂ, ਕਿਹਨੂੰ ਕਹਿ ਰਿਹਾ? ਪ੍ਰਸ਼ਾਸਨ ਨੂੰ। ਪ੍ਰਸ਼ਾਸਨ ਮਿੰਟੂ ਗੁਰੂ ਸਰੀਏ ਨੇ ਅਰਜ਼ੀ ਦਿੱਤੀ ਕਿ ਜਨਾਬ ਮੈਨੂੰ 17 ਸਾਲ ਹੋ ਗਏ, 18 ਸਾਲ ਹੋ ਗਏ, ਮੇਰਾ ਕੰਡਕਟ ਅੱਛਾ ਹੈ, ਜੋ ਵੀ ਤੁਹਾਡੀਆਂ ਟਰਮਸ ਐਂਡ ਕੰਡੀਸ਼ਨਸ ਹੋਣਗੀਆਂ ਜੀ ਉਹਨਾਂ ਨੂੰ ਮੈਂ ਫੋਲੋ ਕਰੂੰਗਾ, ਅਤੇ ਤੁਸੀਂ ਮੇਰੇ ਅੱਛੇ ਕੰਡਕਟ ਦੇ ਆਧਾਰ 'ਤੇ ਮੇਰੀ ਵਕਤ ਤੋਂ ਪਹਿਲਾਂ ਰਿਹਾਈ ਦੀ ਸਿਫਾਰਿਸ਼ ਕਰ ਦਿਓ ਜਾਂ ਰਿਹਾਈ ਕਰ ਦਿਓ ਜੀ ਜੀ, ਯਾਨੀ ਜਾਵਾਂਗੇ ਪ੍ਰਸ਼ਾਸਨ ਦੇ। ਤਾਂ ਹੁਣ ਪ੍ਰਸ਼ਾਸਨ ਕੀ ਹੈ ਇਸ ਤਰ੍ਹਾਂ ਦੀ, ਜਿਹੜੀ ਮਤਲਬ ਕਿ ਇਹਨਾਂ ਬੰਦੀ ਸਿੰਘਾਂ 'ਚੋਂ ਕਹਿ ਲਓ ਕਿ ਜਿਹੜੀ ਇਸ ਤਰ੍ਹਾਂ ਦੀ ਅਪੀਲ ਹੁੰਦੀ ਆ ਉਹ ਉੱਥੇ ਪਈ ਰਹਿੰਦੀ ਆ ਜੀ। ਹੁਣ ਜਦੋਂ ਕਿਸੇ 'ਤੇ ਡਿਸੀਜਨ ਹੀ ਨਹੀਂ ਹੋਏਗਾ ਉਹ ਨਾ ਤਾਂ ਗਾਂਹ ਜਾ ਸਕਦਾ, ਬਿਲਕੁਲ, ਕਿ ਕਿਸੇ ਕੋਰਟ 'ਚ ਜਾਵੇ ਜੀ। ਫਿਰ ਉਹਨਾਂ ਨੇ ਇਸ ਫੈਸਲੇ ਨੂੰ ਲੈਣ ਵਾਸਤੇ ਕਿ ਪ੍ਰਸ਼ਾਸਨ ਤਾਂ ਫੈਸਲਾ ਹੀ ਨਹੀਂ ਲੈ ਰਿਹਾ, ਬਿਲਕੁਲ, ਫਿਰ ਹਾਈ ਕੋਰਟ ਦਾ ਸਾਰਾ ਲਿਆ ਕਿ ਬਈ ਤੁਸੀਂ ਕੀ ਕਰ ਰਹੇ ਹੋ ਜੀ। ਤਾਂ ਕੱਲ੍ਹ ਬੁੜੇਲ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੇ ਜਾ ਕੇ ਦੱਸਿਆ ਕਿ ਜੀ ਪ੍ਰਸ਼ਾਸਨ ਨੇ ਫੈਸਲਾ ਲੈ ਕੇ ਜੇਲ੍ਹ ਨੂੰ ਭੇਜ ਦਿੱਤਾ ਕਿ ਵਕਤ ਤੋਂ ਪਹਿਲਾਂ ਜਿਹੜੀ ਰਿਹਾਈ ਦੀ ਅਪੀਲ ਸੀ ਉਹ ਖਾਰਜ ਕਰ ਦਿੱਤੀ ਗਈ। ਮਤਲਬ ਇਹ ਆ ਕਿ ਪ੍ਰਸ਼ਾਸਨ ਦਾ ਫੈਸਲਾ ਲਿਆਉਣ ਵਾਸਤੇ ਵੀ ਤੁਹਾਨੂੰ ਹਾਈ ਕੋਰਟ ਜਾਣਾ ਪੈ ਰਿਹਾ। ਅਤੇ ਇੱਥੋਂ ਪਤਾ ਲੱਗ ਜਾਂਦਾ ਕਿ ਨੀਅਤ ਸਰਕਾਰ ਦੀ ਕਿਸ ਤਰ੍ਹਾਂ ਦੀ ਹੈ। ਮੇਰਾ ਅੱਜ ਵੀ ਮੰਨਣਾ, ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਮੁਸਲਮਾਨ ਬੰਦੀ ਹੈ, ਚਾਹੇ ਕੋਈ ਹਿੰਦੂ ਬੰਦੀ ਹੈ ਜੀ ਜੀ, ਚਾਹੇ ਉਹ ਕਿਸੇ ਹਥਿਆਰਬੰਦ ਮੂਵਮੈਂਟ ਦੇ ਨਾਲ ਜੁੜਿਆ, ਚਾਹੇ ਹਿੰਸਾ ਵਾਲੀ ਕਾਰਵਾਈ ਨਾਲ ਜੁੜਿਆ, ਕਿਸੇ ਵੇਲੇ ਉਹਨੇ ਗਲਤੀ ਕੀਤੀ ਹੈ, ਜੁਰਮ ਸਾਬਤ ਹੋ ਗਿਆ, ਕੁਛ ਵੀ ਹੈ ਜੀ, ਤਾਂ ਬਈ ਉਹਦੇ ਵਾਸਤੇ ਕੁਛ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਇਕੱਲਾ ਸਰਕਾਰ 'ਤੇ ਜਾਂ ਸਿਆਸਤ 'ਤੇ ਨਾ ਛੱਡਿਆ ਜਾਵੇ ਜੀ ਜੀ। ਮੇਰਾ ਮੰਨਣਾ ਹੈ ਕਿ ਅੱਡ ਤੋਂ ਕੋਈ ਜਿੱਦਾਂ ਟ੍ਰਿਬਿਊਨਲ ਬਣਦਾ ਕੋਈ ਜੀ, ਕਿਉਂਕਿ ਤੁਸੀਂ ਪਾਵਰਾਂ ਸਾਰੀਆਂ ਕੋਰਟ ਨੇ ਸਜ਼ਾ ਸੁਣਾ ਦਿੱਤੀ, ਤਾਂ ਪਾਵਰ ਕਿਸ ਕੋਲ ਆ ਗਈ? ਹਾਕਮ ਕੋਲ ਜੀ। ਹਾਕਮ ਕੀ ਦੇਖ ਰਿਹਾ ਕਿ ਯਾਰ ਇਹਨੂੰ ਛੱਡਦਾ ਤਾਂ
ਹਿੰਦੂ ਵੋਟ ਬੈਂਕ ਨਾਰਾਜ਼ ਹੋ ਜਾਏਗੀ। ਬਿਲਕੁਲ ਬਿਲਕੁਲ, ਇਹਨੂੰ ਛੱਡਦੇ ਹਾਂ ਤਾਂ ਖਾਲਿਸਤਾਨੀ ਮੂਵਮੈਂਟ ਹੋ ਸਕਦਾ ਸਿਰ ਚੱਕ ਲੈ, ਜਦਕਿ ਅਗਲਾ ਹੋ ਸਕਦਾ ਤਿਆਰ ਹੋਵੇ ਕਿ ਤੁਸੀਂ ਬਾਈ ਹਲਫਨਾਮਾ ਵੀ ਲੈਣਾ, ਜੋ ਰਿਹਾਈ ਵਾਸਤੇ ਤੁਹਾਡੀ ਕੰਡੀਸ਼ਨ ਹੋਏ ਕਿ ਮੈਂ ਉਹਨੂੰ ਭਰ ਦਿੰਦਾ ਜੀ ਜ਼ਮਾਨਤ ਵਗੈਰਾ। ਪਰ ਉਹ ਚੀਜ਼ ਜਿਹੜੀ ਆ ਜੁੜ ਗਈ ਸਿਆਸਤ ਦੇ ਨਾਲ ਜੀ ਜੀ। ਸੋ ਮੇਰਾ ਇਹ ਮੰਨਣਾ ਕਿ ਇਸ ਤਰ੍ਹਾਂ ਦੇ ਜਿਹੜੇ ਫੈਸਲੇ, ਮੈਂ ਇੱਥੇ ਧਰਮ ਆਧਾਰ ਤੇ ਨਹੀਂ ਕਹਿ ਰਿਹਾ ਜੀ ਜੀ, ਇਨਸਾਨੀਅਤ ਆਧਾਰ ਤੇ ਕਹਿ ਰਿਹਾ ਕਿ ਜੇ ਕਿਸੇ ਦਾ ਇੰਨਾ ਸਮਾਂ ਰੱਖ ਲਓ ਕਿ 25 ਸਾਲ ਹੋ ਜਾਂਦੇ ਆ, 20 ਸਾਲ ਹੋ ਜਾਂਦੇ, ਉਸ ਤੋਂ ਬਾਅਦ ਠੀਕ ਹੈ ਜੀ ਉਹ ਟ੍ਰਿਬਿਊਨਲ ਕੋਲ ਮਾਮਲਾ ਭੇਜੋ, ਭੇਜੇ ਟ੍ਰਿਬਿਊਨਲ 'ਚ ਉਹਨਾਂ ਦਾ ਕੇਸ ਰੱਖਿਆ ਜਾਵੇ ਜੀ, ਉੱਥੇ ਸੁਣਵਾਈ ਹੋ ਜਾਵੇ, ਉੱਥੇ ਉਹਨਾਂ ਤੋਂ ਹਲਫਨਾਮਾ ਲੈ ਲਓ ਵਕੀਲ ਤੋਂ, ਕਿੱਡੀ ਕੁ ਗੱਲ ਹੈ ਜੀ ਜੀ ਜੀ, ਕਿ ਬਾਈ ਇਸ ਤਰ੍ਹਾਂ ਦੀ ਗਤੀਵਿਧੀ 'ਚ ਤੁਸੀਂ ਮੁੜ ਕੇ ਸ਼ਾਮਿਲ ਹੋ ਨਾ, ਮੇਨ ਸਟ੍ਰੀਮ 'ਚ ਆਪਦਾ ਜੀਵਨ ਜੀਓ। ਬਿਲਕੁਲ ਬਿਲਕੁਲ ਯਾਰ, ਕਿੱਡੀ ਕੁ ਗੱਲ ਹੈ। ਬਿਲਕੁਲ ਸਹੀ, ਮੈਂ ਕਿਸੇ ਧਰਮ ਨਾਲ ਨਹੀਂ ਜੋੜ ਕੇ ਕਹਿ ਰਿਹਾ, ਮੈਂ ਇਨਸਾਨੀਅਤ ਦੇ ਨਾਲ ਜੋੜ ਕੇ ਕਹਿੰਦਾ ਜੀ। ਗਲਤੀ ਜ਼ਰੂਰੀ ਨਹੀਂ ਹੈ ਕਿਸੇ ਖਾਸ ਧਰਮ ਦੇ ਬੰਦੇ ਤੋਂ ਹੀ ਹੋਵੇ, ਆਮ ਵੀ ਹੁੰਦੇ ਨੇ। ਜਵਾਨੀ 'ਚ ਦੇਖੋ ਸਭ ਸਾਡੇ ਨਾਲੋਂ ਜ਼ਿਆਦਾ ਕਿ ਮੈਂ ਕਹਿੰਦਾ ਕਿ ਕੋਈ ਗਲਤ ਹੋਈ ਨਹੀਂ ਸੀ ਸਰ ਜੀ। ਅੱਜ ਜਦੋਂ ਅਸੀਂ ਪਿੱਛੇ ਮੁੜਦੇ ਹਾਂ ਤਾਂ ਸ਼ਰਮ ਆਉਂਦੀ ਹੈ, ਜਦੋਂ ਆਪਸ 'ਚ ਬਹਿੰਦੇ ਹਾਂ ਅਸੀਂ ਅਤੇ ਗੱਲਾਂ ਕਰਦੇ ਹਾਂ ਤਾਂ ਉਹ ਉਹਨਾਂ ਗੱਲਾਂ 'ਤੇ ਖਿੱਝ ਆਉਂਦੀ, ਘਿਰਣਾ ਆਉਂਦੀ ਹੈ ਜੀ ਜੀ ਜੀ। ਇਹੀ ਗੱਲ ਹੈ ਕਿ ਉਸ ਵੇਲੇ ਇਹ ਜਿਹੜੇ ਹੁੰਦੇ ਆ, ਮਤਲਬ ਕਿ ਜੋਸ਼ ਹੁੰਦੇ ਆ ਕੌਮਾਂ 'ਚ ਯਾਰ, ਜਜ਼ਬਾਤ ਹੁੰਦੇ ਆ ਜਿਹੜੇ, ਉਹ ਜਦੋਂ ਉਮੜਦੇ ਆ, ਗੜਾਈਆਂ ਲੈਂਦੇ ਆ ਬਿਲਕੁਲ, ਤਾਂ ਉਦੋਂ ਫਿਰ ਜਵਾਨੀ ਜਿਹੜੀ ਹੈ ਨਾ, ਜਵਾਨੀ ਭਵਿੱਖ ਨਹੀਂ ਦੇਖਦੀ, ਫਿਰ ਉਹ ਵਰਤਮਾਨ ਦੇਖਦੀ ਹੈ ਕਿ ਵਰਤਮਾਨ 'ਚ ਸਾਡੇ ਨਾਲ ਕੀ ਹੋ ਰਿਹਾ ਜਾਂ ਇਤਿਹਾਸ 'ਚ ਸਾਡੇ ਨਾਲ ਕੀ ਹੋਇਆ, ਉਹਦਾ ਅਸੀਂ ਜਵਾਬ ਕਿਵੇਂ ਦੇਣਾ ਜੀ। ਇੱਕ ਮੌਕੇ 'ਤੇ ਆ ਕੇ ਫਿਰ ਉਹ ਚੀਜ਼ਾਂ ਕਹਿ ਲਓ ਕਿ ਜਿਹੜਾ ਉਹ ਤੁਹਾਡਾ ਥੋਟ ਪ੍ਰੋਸੈਸ ਹੈ, ਜੋਸ਼ ਹੈ, ਗਰਮ ਜੋਸ਼ੀ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਬਦਲਦੀਆਂ ਨੇ। ਬਿਲਕੁਲ ਬਿਲਕੁਲ ਜੀ। ਵਰਿੰਦਰ ਬਾਬੂ ਜੀ ਕਹਿ ਰਹੇ ਨੇ ਕਿ ਨਾਈਸਰ ਗ੍ਰੀਨ ਕੰਪਨੀ ਬਾਰੇ ਵੀ ਗੱਲ ਕਰੇ ਹੋਏ, ਵੀ ਪਰਲ ਦੇ ਵਿੱਚੋਂ ਹੀ ਨਿਕਲੀ ਸੀ ਅਤੇ ਕੰਮ ਵੀ ਉਸੇ ਤਰ੍ਹਾਂ ਕਰਦੀ ਸੀ ਜੀ, ਉਹਦੇ ਪੰਜਾਬ ਦੇ ਬਾਈ ਜੀ ਪੁੱਛ ਰਹੇ ਨੇ, ਤੁਹਾਡੀ ਫਿਕਰ ਕਰ ਰਹੇ ਨੇ ਕਿ ਹਾਂਜੀ ਮੈਂ ਵਾਲੀਬਾਲ ਖੇਡਦਾ ਸਾਹਿਬ ਸ਼ੂਟਿੰਗ ਜੀ, ਅਤੇ ਉਹ ਕੱਲ੍ਹ ਮੁੰਡਾ ਮਾਰ ਲੱਗਿਆ ਸੀ, ਮੁੰਡਾ ਪਾਸੇ ਨਹੀਂ ਹੋਇਆ, ਹੱਥ ਵੱਜਾ ਉਹਦੇ 'ਚ ਜੀ, ਅਤੇ ਉਹ ਉਂਗਲ ਮੇਰੀ ਪਹਿਲਾਂ ਹੀ ਫ੍ਰੈਕਚਰ ਹੋਈ ਰਹੀ ਆ ਜੀ ਜੀ, ਉਹ ਦੁਬਾਰਾ ਫਿਰ ਠੁੱਕ ਗਈ ਅਤੇ ਉਹਦੇ ਵਾਸਤੇ ਇਲਾਜ ਕਰਨਾ ਪਿਆ, ਕਿਉਂਕਿ ਅਗਲੇ ਦਿਨ ਗੈਰ ਹਾਜ਼ਰੀ ਰਹਿ ਜਾਏ ਗਰਾਊਂਡ ਦੀ ਥੋੜ੍ਹੀ ਜਿਹੀ, ਉਹ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਵੀ ਠੀਕ ਹੋ ਜਾਵੇ, ਤਾਂ ਕਰਕੇ ਲਾਉਣੀ ਪਈ ਹੈ ਜੀ 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 ਜੀ। ਬਿਲਕੁਲ, ਅਮਰਿਤਪਾਲ ਸਿੰਘ ਕਹਿ ਰਹੇ ਕਿ ਬੰਦੀ ਸਿੰਘਾਂ ਨੂੰ ਸਿਆਸੀ ਕੈਦੀਆਂ ਦੀ ਤਰ੍ਹਾਂ ਟ੍ਰੀਟ ਕਰਨਾ ਚਾਹੀਦਾ। ਬਿਲਕੁਲ, ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਸਰ, ਅਤੇ ਉਹਦੇ 'ਚ ਕਸੂਰ ਸਿੱਖ ਨੇਤਾਵਾਂ ਦਾ ਵੀ ਹੈ ਕਿ ਇਹ ਜਦੋਂ ਮਤਲਬ ਕਿ ਅਕਾਲੀ ਦਲ ਕੋਲ ਇੱਕ ਗੋਲਡਨ ਓਪਰਚੁਨਿਟੀ ਸੀਗੀ ਜੀ ਵਾਜਪਾਈ ਸਾਹਿਬ ਵੇਲੇ, ਚਲੋ ਉਦੋਂ ਵੀ ਮਾਮਲਾ, ਮੋਦੀ ਸਾਹਿਬ ਬਾਦਲ ਸਾਹਿਬ ਦੀ ਬਹੁਤ ਮੰਨਦੇ ਸਨ, ਬਿਲਕੁਲ ਜੀ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਬਿਲਕੁਲ ਬਿਲਕੁਲ, ਤਾਂ ਉਹ ਬਾਦਲ ਸਾਹਿਬ ਐਸ ਜੀ ਪੀ ਸੀ ਵਾਲਿਆਂ ਨੂੰ ਨਾਲ ਲਿਜਾ ਕੇ ਜਾਂ ਹੋਰ ਮਤਲਬ ਕਿ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ। ਅੱਛਾ, ਇਹ ਇੱਕੋ ਗੱਲ ਹੈ, ਆਰ ਐਸ ਐਸ ਸਾਡੇ ਵਿਰੋਧੀ ਫਲਾਂ ਢਮਕਾ, ਲਾਲਪੁਰਾ ਸਾਹਿਬ ਹੈਗੇ ਨੇ ਇੱਥੇ, ਨਾਲੇ ਉਹ ਸਾਬਕਾ ਪੁਲਿਸ ਅਧਿਕਾਰੀ ਹੈ, ਕਦੇ ਉਹਨਾਂ ਦੇ ਕੋਲ ਇੱਕ ਵਫਦ ਭੇਜੋ ਜਾਂ ਉਹਨਾਂ ਨੂੰ ਮਤਲਬ ਕਿ ਕਿਤੇ ਬੁਲਾ ਕੇ, ਜਿਵੇਂ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੈ ਜੀ, ਕਿਉਂਕਿ ਉਹ ਬਹੁਤ ਕਹਿ ਲਓ ਕਿ ਆਸਥਾਵਾਨ ਸਿੱਖ ਵੀ ਨੇ, ਤਾਂ ਤੁਸੀਂ ਉਹਨਾਂ ਦੀ ਡਿਊਟੀ ਲਾ ਸਕਦੇ ਹੋ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੀ ਆ ਜੀ ਜੀ, ਕਿ ਬਈ ਇਹ ਚੀਜ਼ ਹੁੰਦੀ ਹੈ, ਕਿਉਂਕਿ ਮੈਨੂੰ ਯਾਦ ਆ ਜਦੋਂ 370 'ਤੇ ਫੈਸਲਾ ਆਇਆ ਸੁਪਰੀਮ ਕੋਰਟ 'ਚ ਜੀ, ਤੁਹਾਨੂੰ ਯਾਦ ਹੋਣਾ ਹਾਂਜੀ, ਉਦੋਂ ਇੱਕ ਜਿਹੜੇ ਜਸਟਿਸ ਸਾਹਿਬ ਸੀ ਉਹਨਾਂ ਨੇ ਮੇਰੀ ਇਹ ਗੱਲ ਕਹਿ ਲਓ ਕਿ ਦਿਲ ਦੀ ਕੀਤੀ ਜੀ, ਕਿ ਬਈ ਕਿਉਂ ਨਾ ਉੱਥੇ ਜੰਮੂ ਕਸ਼ਮੀਰ 'ਚ ਇੱਕ ਉਸੇ ਤਰ੍ਹਾਂ ਦਾ ਜੋ ਅਮਰੀਕਾ 'ਚ ਬਣਿਆ ਸੀਗਾ, ਅਫਰੀਕਾ 'ਚ ਬਣਿਆ ਸੀਗਾ ਜੀ, ਟਰੁੱਥ ਐਂਡ ਰੀਕੌਂਸੀਲੇਸ਼ਨ ਕਮਿਸ਼ਨ ਸੀਗਾ ਸ਼ਾਇਦ TRC, ਤਾਂ ਉਹਦੀ ਤਰਜ਼ 'ਤੇ ਇੱਕ ਕਮਿਸ਼ਨ ਬਣਾਇਆ ਜਾਵੇ। ਬਿਲਕੁਲ, ਤਾਂ ਜਦੋਂ ਖੁਦ ਕੋਈ ਜਸਟਿਸ ਸੁਪਰੀਮ ਕੋਰਟ ਦਾ ਬੈਠਾ ਇੱਕ ਬੈਂਚ ਦੇ ਵਿੱਚ, ਇਹ ਕਹਿੰਦਾ ਜੀ ਸੰਵਿਧਾਨਕ ਬੈਂਚ 'ਚ ਬੈਠਾ ਹੈ, ਆਪਣੀ ਓਬਜ਼ਰਵੇਸ਼ਨ ਦਿੰਦਾ ਜੀ ਜੀ, ਤਾਂ ਤੁਹਾਡਾ ਮਾਮਲਾ ਤਾਂ ਕਸ਼ਮੀਰ ਤੋਂ ਵੀ ਪਹਿਲਾਂ ਅਤੇ ਨਾਜ਼ੁਕ ਸੀਗਾ ਜੀ ਜੀ, ਸੋ ਇਸ ਕਰਕੇ ਤੁਸੀਂ ਇਹ ਚੀਜ਼ਾਂ ਕਰਵਾਉਂਦੇ ਕਿ ਇੱਕ ਕਮਿਸ਼ਨ ਬਿਠਾ ਦਿਓ ਜੀ, ਸਾਰੇ ਕੇਸਾਂ ਨੂੰ ਪੁੱਟ ਅਪ ਕਰੇ ਜੀ, ਦੇਖੇ
ਕਿ ਕੀ ਹਿਸਾਬ ਕਿਤਾਬ ਸੀ ਉਸ ਵੇਲੇ ਦਾ, ਕਿਹਨੇ ਕਿੰਨੀ ਸਜ਼ਾ ਕੱਟ ਲਈ ਆ, ਕਿਹੜਾ ਉਸ ਵੇਲੇ ਦਾ ਵਿਦੋਸ਼ਾ ਹੀ ਮਾਰਿਆ ਗਿਆ ਜੀ, ਠੀਕ ਹੈ ਨਾ, ਜੋ ਮੇਨ ਸਟ੍ਰੀਮ 'ਚ ਆਉਣਾ ਚਾਹੁੰਦਾ ਉਹ ਕੇਸ ਵੱਖ ਕੀਤੇ ਜਾਣ, ਇਹ ਚੀਜ਼ਾਂ ਹੋ ਸਕਦੀਆਂ ਸੀ। ਪਰ ਇਹ ਹੁਣ ਇਹਨਾਂ ਗੱਲਾਂ 'ਤੇ ਸਿਰਫ ਗੱਲਾਂ ਕਰਨ ਤੋਂ ਇਲਾਵਾ ਕੁਛ ਨਹੀਂ, ਕੁਛ ਨਹੀਂ, ਅਜਿਹਾ ਹੋ ਸਕਦਾ ਜੇਕਰ ਮਤਲਬ ਕਿ ਲਾਲਪੁਰਾ ਵਰਗੇ, ਸਿਰਸਾ ਵਰਗੇ ਜਾਂ ਕੁਛ ਹੋਰ ਤਰਦਦ ਕਰਨ ਜੀ, ਹੁਣ ਇਹਨਾਂ ਦੇ ਸਾਰੇ ਆ ਜੇ ਇਸ ਤਰ੍ਹਾਂ ਹੋ ਜਾਵੇ, ਕਿਉਂਕਿ ਇੱਕ ਡਰ ਬਣਾ ਦਿੱਤਾ ਜਾਂਦਾ ਕਿ ਜੇ ਬਾਹਰ ਆ ਕੇ ਇੱਦਾਂ ਹੋਏਗਾ ਉੱਦਾਂ ਹੋਏਗਾ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜਿਹੜਾ ਬੰਦਾ ਮੰਨ ਲਓ ਕੋਈ ਇਸ ਤਰ੍ਹਾਂ ਆਉਣਾ ਚਾਹੁੰਦਾ ਜੀ, ਤਾਂ ਹੁਣ ਜਿਵੇਂ ਮੰਨ ਲਓ ਮੈਂ ਦੇਖਦਾ ਪਿਆ ਖੜਾ ਸਾਹਿਬ ਹੈਗੇ ਨੇ ਬਾਹਰ ਹੀ ਨੇ, ਰੋਲ 'ਤੇ ਲਖਵਿੰਦਰ ਸਿੰਘ ਨੇ ਉਹ ਬਾਹਰ ਨੇ, ਇਸੇ ਕੇਸ ਦੇ ਵਿੱਚ ਹੀ ਹੈ ਸ਼ਾਇਦ ਲਖਵਿੰਦਰ ਸਿੰਘ ਹੋਰ ਜੀ, ਅਤੇ ਸ਼ਮਸ਼ੇਰ ਸਿੰਘ ਹੋਰ ਹੀ ਹੈ ਸ਼ਾਇਦ ਉਹ ਵੀ ਆਏ ਆ, ਇੰਜੀਨੀਅਰ ਗੁਰਮੀਤ ਸਿੰਘ ਉਹਨਾਂ ਦੀ ਵੀ ਜ਼ਮਾਨਤ ਹੋ ਗਈ ਪਿਛਲੇ ਦਿਨ ਜੀ, ਜਿਹੜੇ ਗੈਰ ਹਾਜ਼ਰ ਹੋ ਗਏ ਸਨ ਪਿਛਲੇ ਸਾਲ, ਇਹ ਸਾਰੇ ਇਸੇ ਕੇਸ ਨਾਲ ਜੁੜੇ ਆ। ਜਦੋਂ ਇਹਨਾਂ 'ਚੋਂ ਕੇਸਵਰ ਆ ਕੇ ਆਰਾਮ ਨਾਲ ਰਹਿ ਰਹੇ ਨੇ ਆਪਣਾ ਜੀਵਨ ਬਤੀਤ ਕਰ ਰਹੇ ਨੇ ਜੀ, ਤਾਂ ਫਿਰ ਉਹ ਉਹਨਾਂ ਦੇ ਗਰਾਊਂਡ 'ਤੇ ਵੀ ਆਪਾਂ ਦੇਖ ਸਕਦੇ ਹਾਂ ਕਿ ਘੱਟੋ ਘੱਟ ਐਟਲੀਸਟ ਤੁਸੀਂ ਕਿਸੇ ਟ੍ਰਿਬਿਊਨਲ ਜਾਂ ਕਿਸੇ ਅਦਾਲਤ 'ਚ ਜਾਂ ਕਿਸੇ ਸਰਕਾਰੀ ਅਥਾਰਟੀ 'ਤੇ, ਕਹਿੰਦਾ ਮਤਲਬ ਕਿ ਉੱਥੇ ਜਾ ਕੇ ਤੁਸੀਂ ਇਹਨਾਂ ਚੀਜ਼ਾਂ ਦੀ ਗਰੰਟੀ ਲੈ ਸਕਦੇ ਹੋ, ਸ਼ੋਰਟੀ ਲੈ ਸਕਦੇ, ਪ੍ਰੋਪਰ ਮੂਲ ਆਧਾਰ ਨਾਲ ਗੱਲ ਕੀਤੀ ਜਾ ਸਕਦੀ ਹੈ ਜੀ।